जीएनयू जवाहरलाल यूनिवर्सिटी ਜਿਸ ਦੀਆਂ ਵਿਦਿਆਰਥੀ ਚੋਣਾਂ ਅਕਸਰ ਹੀ ਚਰਚਾਵਾ ਦੇ ਵਿੱਚ ਰਹਿੰਦੀਆਂ ਨੇ ਕਿਹਾ ਜਾਂਦਾ ਹੈ ਕਿ ਵਿਦਿਆਰਥੀ ਉਰੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੋਲਿਟਿਕਸ ਕਰਨਾ ਸਿੱਖਦੇ ਨੇ ਤੇ ਦੱਸਦੀ ਹੈ ਕਿ ਅੱਜ ਕੱਲ ਚਰਚਾਵਾ ਦਾ ਮੁੱਖ ਕਾਰਨ ਇਹ ਹੈ ਕਿ ਇਹ 27 ਸਾਲਾਂ ਬਾਅਦ ਹੋਇਆ ਹੈ ਕਿ ਜਵਾਹਰ ਲਾਲ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਚੋਣਾਂ ਹੋਈਆਂ ਤੇ ਜਿਹੜੇ ਦਲਿਤ ਉਮੀਦਵਾਰ 27 ਸਾਲਾਂ ਬਾਅਦ ਬਣੇ ਨੇ ਤੇ ਨਾਲ ਹੀ ਇੱਥੇ ਲੈਫਟ ਪਾਰਟੀ ਦੀ ਜਿੱਤ ਹੋਈ ਹੈ ਇਹ ਵੀ ਵੀਪੀ ਦੀ ਜਿਹੜੀ ਹੈ ਇੱਥੇ ਹਾਰ ਇਸ ਵਾਰ ਦੇਖਣ ਨੂੰ ਮਿਲੀ ਹੈ ਜਵਾਹਰ ਲਾਲ ਯੂਨੀਵਰਸਿਟੀ ਦੀ ਵਿਦਿਆਰਥੀ ਚੋਣ ਅਕਸਰ ਹੀ ਚਰਚਾ ਮਾਦੇ ਵਿੱਚ ਰਹਿੰਦੀ ਹੈ ਲੈਫਟ ਦੇ ਇਸ ਵਾਰ ਇਹ ਵੀ ਵੀਪੀ ਨੂੰ ਹਰਾ ਦਿੱਤਾ ਹੈ ਚਾਰ ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਜਰਨਲ ਸਕੱਟਰੀ ਤੇ ਜੋਇਨਟ ਸਕੱਟਰੀ ਤਾਂ ਦੱਸਦੀ ਹੈ ਕਿ 2963 ਵੋਟਾਂ ਜਿੱਤ ਕੇ ਜਿਹੜੇ ਹੈ ਤਨੰਜੇ ਜਿਹੜੇ ਨੇ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ ਬਣੇ ਨੇ ਤੇ ਨਾਲ ਹੀ ਜੀਐਨਯੂ ਦੇ ਵਿੱਚ 27 ਸਾਲਾਂ ਬਾਅਦ ਲੈਫਟ ਦੇ ਵੱਲੋਂ ਦਲਿਤ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਇਸ ਵਾਰ ਚੁਣੇ ਗਏ ਨੇ ਇਸ ਤੋਂ ਪਹਿਲਾਂ ਜਿਹੜਾ ਹੈ 1966-67 ਦੇ ਵਿੱਚ ਜਿਹੜੇ ਨੇ ਬੱਟੀ ਲਾਲ ਬੇਰਾਫ ਜਿਹੜੇ ਨੇ ਪਹਿਲੇ ਦਲਿਤ ਪ੍ਰੈਜ਼ੀਡੈਂਟ ਬਣੇ ਸੀ ਲੈਫਟ ਦੇ ਧਨੰਜੇ ਨੇ ਐਬੀਬੀਪੀ ਦੇ ਉਮੀਸ਼ ਚੰਦਰਨ ਨੂੰ ਅਜਮੀਰਾ ਦੇ ਤੋਂ 934 ਵੋਟਾਂ ਤੋਂ ਹਰਾ ਦਿੱਤਾ ਹੈ ਵਾਈਸ ਪ੍ਰੈਜ਼ੀਡੈਂਟ ਅਭੀਜੀਤ ਘੋਸ਼ ਨੇ 2659 ਜਿਹੜੀਆਂ ਵੋਟਾਂ ਪਾ ਕੇ ਜਿਹੜਾ ਐਵੀਪੀ ਦੇ ਦੀਪਕ ਸ਼ਰਮਾ ਨੂੰ 1104 ਵੋਟਾਂ ਦੇ ਨਾਲ ਹਰਾ ਦਿੱਤਾ ਹੈ ਜਰਨਲ ਸਕੱਤਰ ਦੀ ਪੋਸਟ ਦੀ ਗੱਲ ਕਰੀਏ ਤਾਂ ਲੈਫਟ ਦੀ ਪ੍ਰਿਆੰਸ਼ੀ ਆਰਿਆ ਨੇ 3307 ਉਹਨਾਂ ਨੂੰ ਵੋਟਾਂ ਮਿਲੀਆਂ ਨੇ ਤੇ ਅਰਜੁਨ ਜਿਹੜੇ ABP P ਤੋਂ ਖੜੇ ਸਨ ਉਹਨਾਂ ਨੂੰ 2309 ਵੋਟਾਂ ਮਿਲਿਆ ਸੀ ਜੁਆਇੰਟ ਸੈਕਟਰੀ ਪੋਸਟ ਦੀ ਗੱਲ ਕਰੀਏ ਤਾਂ ਲੈਫਟ ਕੈਂਡੀਡੇਟ ਮੁਹੰਮਦ ਸਾਜਦ ਨੂੰ 2893 ਵੋਟਾਂ ਮਿਲ ਕੇ ਉਹਨਾਂ ਨੇ ਜਿੱਤ ਹਾਸਲ ਕੀਤੀ ਉੱਥੇ ਹੀ ABP P ਦੇ ਜਿਹੜੇ ਗੋਵਿੰਦ ਦਾਗੀ ਆ ਉਹਨਾਂ ਨੂੰ 2000 496 ਵੋਟਾਂ ਮਿਲੀਆਂ ਨੇ ਜੀਐਨਯੂ ਦੇ ਵਿੱਚ 4 ਸਾਲ ਬਾਅਦ ਇਚੋਣਾ ਹੋਈਆਂ ਨੇ 22 ਮਾਰਚ ਨੂੰ ਰਿਕਾਰਡ ਜਿਹੜੇ ਹੈ ਉਹ VOTING ਜਿਹੜੀ ਰਿਕਾਰਡਾਂ ਦੇ ਵਿੱਚ VOTING ਹੋਈ ਸੀ ਪਿਛਲੇ 12 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਜ਼ਿਆਦਾ VOTING ਹੋਈ ਹੈ ਇਸ ਤੋਂ ਪਹਿਲਾਂ 2019 ਦੇ ਵਿੱਚ 7.9% ਜਿਹੜੇ ਹੈ ਉਹ ਵੋਟ ਹੋਏ ਸਨ ਤੇ ਇਸ ਦੇ ਨਾਲ ਹੀ ਇਹ ਲੈਫਟ ਪਾਰਟੀ ਦੀ ਇਸ ਵਾਰ ਜਿੱਤ ਹੋਈ ਹੈ ਦੱਸਦੀ ਹੈ ਲੈਫਟ ਦੀਆਂ ਤਿੰਨ ਪਾਰਟੀਆਂ ਦੇ ਵੱਲੋਂ ਮਿਲ ਕੇ ਜਿਹੜੀਆਂ ਹੈ ਇਸ ਵਾਰ ਚੋਣਾਂ ਚੜੀਆਂ ਲੜੀਆਂ ਗਈਆਂ ਸਨ ਇਹਨਾਂ ਦੇ ਵਿੱਚ AISE, DSF, SFII, AISF ਇਹ ਪਾਰਟੀਆਂ ਸ਼ਾਮਿਲ ਸਨ ਇਹਨਾਂ ਦੇ ਵੱਲੋਂ ਮਿਲ ਕੇ ਚੋਣਾਂ ਲੜੀਆਂ ਗਈਆਂ ਸਨ ਇਹਨਾਂ ਦੇ ਵੱਲੋਂ ਜਿਹੜਾ ਹੈ AVP AB VP ਨੂੰ ਜਿਹੜਾ ਹੈ ਹਰਾਇਆ ਗਿਆ ਉੱਥੇ ਹੀ ABVP ਨੇ ਸ਼ਨੀਵਾਰ ਨੂੰ ਇਹ ਦਾਅਵਾ ਕੀਤਾ ਹੈ ਕਿ 9 ਦੇ ਵਿੱਚੋਂ 5 ਸਕੂਲ ਕਾਉਂਸਲਰ ਦੇ ਅਹੁਦੇ ਦੇ ਉੱਤੇ ਉਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਇਸ ਤੋਂ ਇਲਾਵਾ 18 ਦੇ ਵਿੱਚੋਂ 12 ਕਾਉਂਸਲਰ ਦੇ ਸੀਟਾਂ ਦੇ ਉੱਤੇ ਵੀ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਜੀਐਨਯੂ ਦੀ ਜਿਹੜਾ ਹੈ ਵਿਦਿਆਰਥੀ ਜੋਨ ਸਮੇਟੀ ਦੇ ਵੱਲੋਂ ਸ਼ਨੀਵਾਰ ਨੂੰ ਕਾਉਂਸਲਰ ਸੀਟਾਂ ਦੇ ਉੱਤੇ ਨਤੀਜਿਆਂ ਨੂੰ ਲੈ ਕੇ ਕੋਈ ਵੀ ਅਧਿਕਾਰੀ ਚ ਸੂਚਨਾ ਜੜੀ ਹੈ ਉਹ ਨਹੀਂ ਦਿੱਤੀ ਗਈ ਹੈ ਉਥੇ ਹੀ এবੀਵੀਪੀ ਨੇ ਦੱਸਿਆ ਹੈ ਕਿ ਸਕੂਲ ਆਫ ਸੰਸਕ੍ਰਿਤ ਐਂਡ ਇੰਡਿਸਕ ਸਟੱਡੀਜ਼ ਦੇ ਤਿੰਨ ਅਹੁਦੇ ਦੇ ਉੱਤੇ ਸਕੂਲ ਆਫ ਨੈਨੋ ਸਾਇੰਸ ਦੇ ਵਿੱਚ ਇੱਕ ਅਧਿਆਏ ਦੇ ਉੱਤੇ ਸਕੂਲ ਆਫ ਇੰਜੀਨੀਅਰਿੰਗ ਦੇ ਚਾਰ ਅਧਿਆਏ ਤੇ ਤੇ ਸਕੂਲ ਆਫ ਕੰਪਿਊਟਰ ਸਿਸਟਮਸ ਐਂਡ ਸਾਇੰਸ ਦੇ ਵਿੱਚ ਤਿੰਨ ਅਧਿਆਏ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਭਾਗ ਲਿਆ ਗਿਆ ਸੀ ਤੇ ਜਿੱਤ ਹਾਸਲ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ 7500 ਤੋਂ ਜ਼ਿਆਦਾ ਇਸ ਵਾਰ ਵੋਟਾਂ ਪਈਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਹੜੀਆਂ ਵੋਟਾਂ ਜ਼ਿਆਦਾ ਪਈਆਂ ਨੇ ਤਾਂ ਦੱਸਦੀ ਹੈ ਕਿ ਹਮੇਸ਼ਾ ਹੀ ਚਰਚਾਵਾ ਦੇ ਵਿੱਚ ਰਹਿਣ ਵਾਲੀ ਜੀ ਐਨ ਯੂ ਜਵਾਹਰ ਲਾਲ ਯੂਨੀਵਰਸਿਟੀ ਜਿਸ ਦੀਆਂ ਵਿਦਿਆਰਥੀ ਵੀ ਉਸੇ ਤਰੀਕੇ ਦੇ ਨਾਲ ਚਰਚਾਵਾ ਦੇ ਵਿੱਚ ਰਹਿੰਦੀ ਹੈ ਤੇ ਇਸ ਵਾਰ ਜਿੱਤ ਹਾਸਲ ਜਿਹੜੀ ਹੈ ਇਹਨਾਂ ਚੋਣਾਂ ਦੇ ਵਿੱਚ ਕੀਤੀ ਹੈ ਲੈਫਟ ਪਾਰਟੀ ਨੇ ਲਗਭਗ ਜਿਹੜੀਆਂ ਹੈ ਤਿੰਨ ਪਾਰਟੀਆਂ ਦੇ ਵੱਲੋਂ ਮਿਲ ਕੇ ਚੋਣਾਂ ਲੜੀਆਂ ਗਈਆਂ ਸਨ ਤੇ ਉਹਨਾਂ ਦੇ ਵੱਲੋਂ ਇਹ ਵੀ ਭਪੀ ਨੂੰ ਹਰਾਇਆ ਗਿਆ ਹੈ ਤੇ ਹੁਣ ਇਹ ਪਹਿਲੀ ਵਾਰ ਨਹੀਂ ਤਾਂ 27 ਸਾਲ ਅਵਤ ਜੈ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਜਿਹੜੇ ਨੇ ਦਲਿਤ ਬਣੇ ਨੇ ਇਸ ਤੋਂ ਪਹਿਲਾਂ 1996 ਦੇ ਵਿੱਚ ਹੋਇਆ ਸੀ ਜਦੋਂ ਦਲਿਤ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਜੀਐਨਐ ਦੇ ਵਿੱਚ ਬਣਾਏ ਗਏ ਸਨ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ